ਇੱਕ ਤੇਜ਼ ਰਫ਼ਤਾਰ ਕਾਰ ਦਰਖਤ ਦੇ ਨਾਲ ਜਾ ਟਕਰਾਈ ਹੈ, ਜਿਸ ਦੇ ਵਿੱਚ 28 ਸਾਲ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਰਾਤ ਨੂੰ 2 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ, ਜਦੋਂ ਕਿ ਇਹ ਨੌਜਵਾਨ ਗੱਡੀ ਦੇ ਵਿੱਚ ਸਵਾਰ ਹੋ ਕੇ ਸਿੱਧਾ ਹੀ ਜਾ ਕੇ ਦਰਖਤ ਦੇ ਨਾਲ ਇਸ ਦੀ ਕਾਰ ਟਕਰਾਈ ਹੈ। ਕਿਹਾ ਜਾ ਰਿਹਾ ਕਿ ਕਾਫ਼ੀ ਜ਼ਿਆਦਾ ਸਪੀਡ ਹੋਣ ਦੇ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਮੋਹਾਲੀ ਦੇ ਫੇਸ 11 ਦੇ ਵਿੱਚ ਮੰਦਿਰ ਦੇ ਸਾਹਮਣੇ ਇੱਕ ਪੇੜ ਦੇ ਨਾਲ ਜਾ ਕੇ ਇਸ ਨੌਜਵਾਨ ਦੀ ਕਾਰ ਟਕਰਾਈ ਹੈ। ਹਾਲਾਂਕਿ ਕਾਰ ਜੋ ਹੈ ਉਹ ਕਰੂਜ਼ ਦੱਸੀ ਜਾ ਰਹੀ ਹੈ ਅਤੇ ਇਸ ਨੌਜਵਾਨ ਦੀ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਹੀ ਜਾਨ ਚਲੀ ਗਈ ਹੈ। ਤਾਂ ਭਿਆਨਕ ਸੜਕ ਹਾਦਸੇ ਦੇ ਵਿੱਚ 28 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ ਅਤੇ ਇਹ ਮ੍ਰਿਤਕ ਨੌਜਵਾਨ ਦਾ ਨਾਮ ਗੁਰਜੰਟ ਸਿੰਘ ਦੱਸਿਆ ਜਾ ਰਿਹਾ ਅਤੇ NRI ਵਜੋਂ ਇਸ ਦੀ ਪਹਿਚਾਣ ਹੋਈ ਹੈ। ਤਾਂ ਦੱਸ ਦਈਏ ਕਿ ਪੂਰਾ ਪਰਿਵਾਰ ਇਸ ਨੌਜਵਾਨ ਦਾ ਵਿਦੇਸ਼ ਦੇ ਵਿੱਚ ਰਹਿੰਦਾ ਅਤੇ ਇਹ ਨੌਜਵਾਨ ਇੱਥੇ ਇਕੱਲਾ ਹੀ ਰਹਿੰਦਾ ਸੀ। ਰਾਤ ਨੂੰ ਜਦੋਂ ਇਹ 2 ਵਜੇ ਦੇ ਕਰੀਬ ਆਪਣੇ ਘਰ ਵਾਪਿਸ ਜਾ ਰਿਹਾ ਸੀ ਤਾਂ ਅਚਾਨਕ ਹੀ ਕਾਰ ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਇਸਦੀ ਕਾਰ ਜੋ ਹੈ ਮੋਹਾਲੀ ਦੇ ਫੇਸ 11 ਦੇ ਕੋਲ ਜੋ ਮੰਦਿਰ ਹੈ ਉਸਦੇ ਸਾਹਮਣੇ ਇੱਕ ਦਰਖਤ ਦੇ ਨਾਲ ਜਾ ਟਕਰਾਉਂਦੀ ਹੈ, ਜਿਸ ਦੇ ਵਿੱਚ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਅਤੇ ਇਹ ਕਾਰ ਦੇ ਵਿੱਚ ਹੀ ਫਸ ਜਾਂਦਾ ਹੈ। ਜਦੋਂ ਤੱਕ ਲੋਕ ਉੱਥੇ ਪਹੁੰਚਦੇ ਉਦੋਂ ਤੱਕ ਕਿਹਾ ਜਾ ਰਿਹਾ ਕਿ ਇਸਦੀ ਮੌਤ ਹੋ ਗਈ ਸੀ। ਕੜੀ ਮੁਸ਼ਕਲ ਤੋਂ ਬਾਅਦ ਇਸ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ। ਤਾਂ ਕਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਜੋ ਹੈ ਬੁਰੇ ਤਰੀਕੇ ਦੇ ਨਾਲ ਭੰਨੀ ਹੋਈ ਹੈ ਅਤੇ ਗੱਡੀ ਦੀ ਛੱਤ ਜੋ ਹੈ ਉਹ ਬਿਲਕੁਲ ਹੀ ਨਜ਼ਰ ਹੀ ਨਹੀਂ ਆ ਰਹੀ ਅਤੇ ਨਾਲ ਹੀ ਜੋ ਅਗਲਾ ਹਿੱਸਾ ਗੱਡੀ ਦਾ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਜੋ ਏਅਰਬੈਗ ਸੀ ਉਹ ਵੀ ਫਟ ਚੁੱਕੇ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਨੌਜਵਾਨ ਦਾ ਬਚਾਅ ਨਹੀਂ ਹੋ ਪਾਇਆ ਅਤੇ ਇਸਦੀ ਮੌਤ ਹੋ ਗਈ ਹੈ। ਤਾਂ 28 ਸਾਲ ਦੇ ਗੁਰਜੰਟ ਸਿੰਘ ਦੀ ਮੌਤ ਹੋਈ ਹੈ। ਮੋਹਾਲੀ ਦੇ 11 ਫੇਸ ਦੇ ਵਿੱਚ ਇਸ ਨੌਜਵਾਨ ਦੀ ਕਾਰ ਸਿੱਧਾ ਹੀ ਦਰਖਤ ਦੇ ਨਾਲ ਜਾ ਟਕਰਾਈ ਹੈ, ਜਿਸ ਦੇ ਵਿੱਚ ਇਸ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ ਇਸ ਨੌਜਵਾਨ ਦਾ ਪੂਰਾ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਅਤੇ ਇਹ ਇੱਥੇ ਇਕੱਲਾ ਹੀ ਰਹਿੰਦਾ ਸੀ। ਰਾਤ ਨੂੰ ਜਦੋਂ ਇਹ ਵਾਪਿਸ ਜਾ ਰਿਹਾ ਸੀ ਤਾਂ ਅਚਾਨਕ ਹੀ ਗੱਡੀ ਬੇਕਾਬੂ ਹੋ ਜਾਂਦੀ ਹੈ ਅਤੇ ਜਾ ਕੇ ਦਰਖਤ ਦੇ ਨਾਲ ਇਸਦੀ ਟੱਕਰ ਹੋ ਜਾਂਦੀ ਹੈ।